ਸਾਰੀਆਂ ਖੁਸ਼ੀਆਂ ਮੈਨੂੰ ਨਹੀਂ ਪਤਾ ਆਰਟਿਸਟ ਕਿਵੇਂ ਲੈ ਰਹੇ ਹੋਣਗੇ, ਸਭ ਨੂੰ ਲੱਗ ਰਿਹਾ ਹੋਗਾ ਇਹ ਵੀ ਸਿੰਗਰ ਬਣੇਗਾ, ਇਹ ਹੋਗਾ ਉਹ ਹੋਗਾ, ਮੈਨੂੰ ਸਿਰਫ ਪਤਾ ਕਿਹਦੇ ਲਈ ਖੁਸ਼ੀ ਹੈ, ਮੈਨੂੰ ਉਸ ਬੰਦੇ ਦੇ ਮਾਂ ਪਿਓ ਲਈ ਖੁਸ਼ੀ ਹੈ ਕਿ ਉਹਨਾਂ ਨੂੰ ਅੱਗੇ ਜਿਉਣ ਦਾ ਹੁਣ ਮਕਸਦ ਮਿਲ ਗਿਆ, ਬਸ ਮੈਂ ਇਸ ਲਈ ਖੁਸ਼ ਹਾਂ। ਔਰ ਬਹੁਤ ਹੀ ਬਰੇਵ ਔਰ ਬਹੁਤ ਹੀ ਅੱਛਾ ਡਿਸੀਜ਼ਨ ਸੀ ਉਹਨਾਂ ਦੀ ਲਾਈਫ ਦਾ ਇਹ, ਕਿਉਂਕਿ ਇੰਨਾ ਸਭ ਕੁਛ ਹੋਣ ਤੋਂ ਬਾਅਦ ਜਿਸ ਚੀਜ਼ ਦੇ ਜਿੰਨਾ ਚੀਜ਼ਾਂ ਤੋਂ ਉਹ ਗੁਜ਼ਰਦੇ ਹੋਣਗੇ ਮੈਨੂੰ ਪਤਾ ਰੋਜ਼ ਉਹਨਾਂ ਨੂੰ ਕਿਆ ਫੀਲ ਹੁੰਦਾ ਹੋਣਾ, ਬਟ ਆਹ ਜੋ ਹੋਇਆ ਉਹਨਾਂ ਦੀ ਲਾਈਫ ਦੇ ਅੰਦਰ, ਹੁਣ ਉਹਨਾਂ ਨੇ ਜਿੰਨਾ ਵੀ ਜਿਉਣਾ, ਵਾਹਿਗੁਰੂ ਉਹਨਾਂ ਦੀ ਉਮਰ ਬਹੁਤ ਲੰਮੀ ਉਮਰ ਕਰੇ, ਪਰ ਹੁਣ ਖੁਸ਼ ਰਹਿਣਗੇ। ਦੇਖ ਰਹੇ ਨਾ ਤਿਉਹਾਰ ਵਾਂਗੂ ਮਨਾਇਆ ਜਾ ਰਿਹਾ, ਕੱਲ ਵੀ ਬਰੋ ਬਣਦਾ ਤਿਉਹਾਰ ਬਣਦਾ, ਇੱਕ ਸੁੰਨੇ ਵਿਹੜੇ ਦੇ ਅੰਦਰ ਦੁਬਾਰਾ ਖੁਸ਼ੀਆਂ ਹੋ ਗਈਆਂ, ਏਦੋਂ ਵਧੀਆ ਚੀਜ਼ ਕਿਆ ਹੋ ਸਕਦੀ ਹੈ। ਉਹ ਹਵੇਲੀ ਜਿਹੜੀ ਬਿਨਾਂ ਔਲਾਦ ਦੇ ਸੀਗੀ, ਹੁਣ ਅੱਜ ਉੱਥੇ ਔਲਾਦ ਹੈ ਦੁਬਾਰਾ, ਉਹ ਵੱਸ ਗਈ, ਉਹ ਵੱਸ ਗਈ ਹੁਣ। ਗੁਰਨਜ਼ਰ ਵੀਰੇ, ਇੱਕ ਨਾ ਮਤਲਬ ਕਿ ਤੁਹਾਨੂੰ ਮੇਰੇ ਕੇ ਜਿਵੇਂ ਲਾਸਟ ਟਾਈਮ ਆਪਣੀ ਮੁਲਾਕਾਤ ਹੋਈ ਸੀਗੀ, ਮੈਂ ਕਹਿੰਦਾ ਨਾ ਆਰਟਿਸਟ ਦੀ ਜ਼ਿੰਦਗੀ ਵਿੱਚ ਨਾ ਬੜਾ ਹੀ ਇੰਪੋਰਟੈਂਟ ਅਤੇ ਬੜਾ ਹੀ ਸੋਹਣੀ ਚੀਜ਼ ਹੁੰਦੀ ਆ ਜਦੋਂ ਉਹ ਆਰਟਿਸਟ ਬਣਦਾ ਐਂਡ ਜਦੋਂ ਉਹਨੂੰ ਐਜ਼ ਅ ਗੈਸਟ ਤੌਰ 'ਤੇ ਲੋਕ ਇਨਵਾਈਟ ਕਰਦੇ ਨੇ, ਹੈ ਨਾ, ਭਾਵੇਂ ਉਹ, ਕਿਉਂਕਿ ਕਦੀ ਇਹ ਚੀਜ਼ਾਂ ਸੋਚੀਆਂ ਨਹੀਂ ਹੁੰਦੀਆਂ ਲਾਈਫ 'ਤੇ, ਸਾਰੇ ਡ੍ਰੀਮਸ ਹੁੰਦੇ ਨੇ ਹਰ ਇੱਕ ਕਲਾਕਾਰ ਦੀ ਜ਼ਿੰਦਗੀ ਦੇ ਕਿ ਕਦੀ ਯੂ ਨੋ ਅਸੀਂ ਗਾਇਕ ਬਣ ਕੇ ਜਾਂ ਕਦੀ ਵੀ ਆਰਟਿਸਟ ਬਣ ਕੇ ਲੋਕਾਂ ਦੇ ਘਰੇ ਜਾਣਾ ਜਾਵਾਂ, ਲੋਕਾਂ ਦੇ ਯੂ ਨੋ ਇਨੋਗਰੇਸ਼ਨ ਵਗੈਰਾ ਜਾਵਾਂਗੇ, ਤੁਸੀਂ ਭਾਵੇਂ ਬੇਸ਼ੱਕ ਭਾਈ ਬੰਧੂ ਤੌਰ 'ਤੇ ਆਏ ਹੋ, ਬਟ ਫਿਰ ਵੀ ਬੀਂਗ ਅ ਆਰਟਿਸਟ ਇਹ ਚੀਜ਼ਾਂ ਲੋਕ ਆਪਣੀ ਚੀਜ਼ 'ਚ ਯੂ ਨੋ ਇੱਕ ਡ੍ਰੀਮ ਲੈਂਦੇ ਹੁੰਦੇ ਸੀਗੇ। ਤੁਹਾਡੀ ਜਰਨੀ ਵੀ ਤੁਸੀਂ ਉਹਨਾਂ ਮੈਨੂੰ ਲਾਸਟ ਟਾਈਮ ਬਿਲ ਡਿਸਕ੍ਰਾਈਬ ਕੀਤੀ ਸੀਗੀ ਕਿ ਕਿੰਨੀ ਟਫ ਅਤੇ ਕਿੰਨੀ ਹਰਡਲਸ ਦੇ ਨਾਲ ਨਿਕਲੀ ਸੀਗੀ ਲਾਈਫ ਤੁਹਾਡੀ ਵੀ, ਅਤੇ ਇਹ ਜਿਹੜਾ ਮੂਵਮੈਂਟ ਜਦੋਂ ਵੀ ਤੁਹਾਡੇ ਹਿੱਸੇ ਆਉਂਦੀ ਹੈ, ਕਿੰਨੀ ਕੁ ਅੰਦਰੋਂ ਖੁਸ਼ੀ ਹੁੰਦੀ ਹੈ? ਆਮ ਵੈਰੀ ਹੈਪੀ ਯਾਰ। ਮੈਂ ਨਾ ਮੇਰੀ ਨਾ ਪਲੈਨਿੰਗਸ, ਮੈਂ ਸਾਰਿਆਂ ਨੂੰ ਕਹਿੰਦਾ ਹੁੰਦਾ ਮੇਰੀ ਪਲੈਨਿੰਗ ਉਹ ਨਹੀਂ ਹੈ, ਸਾਲ ਦੋ ਸਾਲ ਤਿੰਨ ਸਾਲ, ਮੇਰੀ ਪਲੈਨਿੰਗ ਰੋਜ਼ ਸ਼ੁਰੂ ਹੁੰਦੀ ਹੈ, ਰੋਜ਼ ਰਾਤੀ ਸੌਣ ਤੋਂ ਪਹਿਲਾਂ ਫਿਨਿਸ਼ ਹੁੰਦੀ ਹੈ ਮੇਰੀ ਲਾਈਫ ਦੀ ਪਲੈਨਿੰਗਸ ਹੈ ਜੋ ਮੈਂ ਕਰਨਾ ਹੁੰਦਾ। ਔਰ ਮੈਂ ਆਪਣੀ ਰੋਜ਼ ਦੀ ਰੂਟੀਨ ਦੇ ਅੰਦਰ ਜੋ ਜੋ ਕਰਦਾ ਨਾ, ਆਈ ਇੰਜੋਏ ਐਵਰੀ ਪਾਰਟ। ਮੈਨੂੰ ਸਟੂਡੀਓ ਦੇ ਅੰਦਰ ਵੀ ਉਨਾ ਮਜ਼ਾ ਆਉਂਦਾ, ਮੈਨੂੰ ਸ਼ੋਅ ਕਰਕੇ ਵੀ ਉਨਾ ਮਜ਼ਾ ਆਉਂਦਾ, ਮੈਨੂੰ ਗੱਡੀ ਚਲਾਉਂਦੇ ਹੋਏ ਵੀ ਉਨਾ ਮਜ਼ਾ ਆਉਂਦਾ, ਮੈਨੂੰ ਰੋਟੀ ਖਾਂਦੇ ਹੋਏ ਵੀ ਆਨੰਦ ਲੈਂਦਾ ਮੈਂ ਉਹਦਾ, ਮੈਂ ਅੱਜ ਇੱਥੇ ਆਇਆ, ਆਮ ਹੈਪੀ ਅਬਾਊਟ ਇਟ ਕਿ ਮੈਂ ਅੱਜ ਇੱਥੇ ਹਾਂ। ਅਤੇ ਮੈਂ ਸੱਚੀ ਦੱਸਾਂ, ਮਤਲਬ ਮੈਂ ਬਹੁਤ ਸੋਚਣ ਵਾਲਾ ਬੰਦਾ ਹੈ ਹੀ ਨਹੀਂ, ਕਿਉਂਕਿ ਰੱਬ ਨੇ ਜਿੰਨੀ ਵੀ ਜ਼ਿੰਦਗੀ ਦਿੱਤੀ ਹੈ ਨਾ ਤੁਹਾਨੂੰ, ਤੁਸੀਂ ਉਹਨੂੰ ਕੈਲਕੂਲੇਟਿਵ ਹੋ ਕੇ ਨਾ ਜਿਓ। ਜੇ ਤੁਸੀਂ ਸਾਰੀਆਂ ਖੁਸ਼ੀਆਂ, ਮੈਨੂੰ ਨਹੀਂ ਪਤਾ ਆਰਟਿਸਟ ਕਿਵੇਂ ਲੈ ਰਹੇ ਹੋਣਗੇ, ਸਭ ਨੂੰ ਲੱਗ ਰਿਹਾ ਹੋਗਾ ਇਹ ਵੀ ਸਿੰਗਰ ਬਣੇਗਾ, ਇਹ ਹੋਗਾ ਉਹ ਹੋਗਾ, ਮੈਨੂੰ ਸਿਰਫ ਪਤਾ ਕਿਹਦੇ ਲਈ ਖੁਸ਼ੀ ਹੈ, ਮੈਨੂੰ ਉਸ ਬੰਦੇ ਦੇ ਮਾਂ ਪਿਓ ਲਈ ਖੁਸ਼ੀ ਹੈ ਕਿ ਉਹਨਾਂ ਨੂੰ ਅੱਗੇ ਜਿਉਣ ਦਾ ਹੁਣ ਮਕਸਦ ਮਿਲ ਗਿਆ, ਬਸ ਮੈਂ ਇਸ ਲਈ ਖੁਸ਼ ਹਾਂ। ਔਰ ਬਹੁਤ ਹੀ ਬਰੇਵ ਔਰ ਬਹੁਤ ਹੀ ਅੱਛਾ ਡਿਸੀਜ਼ਨ ਸੀ ਉਹਨਾਂ ਦੀ ਲਾਈਫ ਦਾ ਇਹ, ਕਿਉਂਕਿ ਇੰਨਾ ਸਭ ਕੁਛ ਹੋਣ ਤੋਂ ਬਾਅਦ ਜਿਸ ਚੀਜ਼ ਦੇ ਜਿੰਨਾ ਚੀਜ਼ਾਂ ਤੋਂ ਉਹ ਗੁਜ਼ਰਦੇ ਹੋਣਗੇ ਮੈਨੂੰ ਪਤਾ ਰੋਜ਼ ਉਹਨਾਂ ਨੂੰ ਕਿਆ ਫੀਲ ਹੁੰਦਾ ਹੋਣਾ, ਬਟ ਆਹ ਜੋ ਹੋਇਆ ਉਹਨਾਂ ਦੀ ਲਾਈਫ ਦੇ ਅੰਦਰ, ਹੁਣ ਉਹਨਾਂ ਨੇ ਜਿੰਨਾ ਵੀ ਜਿਉਣਾ, ਵਾਹਿਗੁਰੂ ਉਹਨਾਂ ਦੀ ਉਮਰ ਬਹੁਤ ਲੰਮੀ ਉਮਰ ਕਰੇ, ਪਰ ਹੁਣ ਖੁਸ਼ ਰਹਿਣਗੇ। ਦੇਖ ਰਹੇ ਨਾ ਤਿਉਹਾਰ ਵਾਂਗੂ ਮਨਾਇਆ ਜਾ ਰਿਹਾ, ਕੱਲ ਵੀ ਬਰੋ ਬਣਦਾ ਤਿਉਹਾਰ ਬਣਦਾ, ਇੱਕ ਸੁੰਨੇ ਵਿਹੜੇ ਦੇ ਅੰਦਰ ਦੁਬਾਰਾ ਖੁਸ਼ੀਆਂ ਹੋ ਗਈਆਂ, ਏਦੋਂ ਵਧੀਆ ਚੀਜ਼ ਕਿਆ ਹੋ ਸਕਦੀ ਹੈ। ਉਹ ਹਵੇਲੀ ਜਿਹੜੀ ਬਿਨਾਂ ਔਲਾਦ ਦੇ ਸੀਗੀ, ਹੁਣ ਅੱਜ ਉੱਥੇ ਔਲਾਦ ਹੈ ਦੁਬਾਰਾ, ਉਹ ਵੱਸ ਗਈ, ਉਹ ਵੱਸ ਗਈ ਹੁਣ। ਗੁਰਨਜ਼ਰ ਵੀਰੇ, ਇੱਕ ਨਾ ਮਤਲਬ ਕਿ ਤੁਹਾਨੂੰ ਮੇਰੇ ਕੇ ਜਿਵੇਂ ਲਾਸਟ ਟਾਈਮ ਆਪਣੀ ਮੁਲਾਕਾਤ ਹੋਈ ਸੀਗੀ, ਮੈਂ ਕਹਿੰਦਾ ਨਾ ਆਰਟਿਸਟ ਦੀ ਜ਼ਿੰਦਗੀ ਵਿੱਚ ਨਾ ਬੜਾ ਹੀ ਇੰਪੋਰਟੈਂਟ ਅਤੇ ਬੜਾ ਹੀ ਸੋਹਣੀ ਚੀਜ਼ ਹੁੰਦੀ ਆ ਜਦੋਂ ਉਹ ਆਰਟਿਸਟ ਬਣਦਾ ਐਂਡ ਜਦੋਂ ਉਹਨੂੰ ਐਜ਼ ਅ ਗੈਸਟ ਤੌਰ 'ਤੇ ਲੋਕ ਇਨਵਾਈਟ ਕਰਦੇ ਨੇ,
ਹਨਾ, ਭਾਵੇਂ ਉਹ ਕਿਉਂਕਿ ਕਦੀ ਇਹ ਚੀਜ਼ਾਂ ਸੋਚੀਆਂ ਨਹੀਂ ਹੁੰਦੀਆਂ ਲਾਈਫ 'ਤੇ, ਸਾਰੇ ਡ੍ਰੀਮਸ ਹੁੰਦੇ ਨੇ ਹਰ ਇੱਕ ਕਲਾਕਾਰ ਦੀ ਜ਼ਿੰਦਗੀ ਦੇ ਕਿ ਕਦੀ ਯੂਨੋ ਅਸੀਂ ਗਾਇਕ ਬਣ ਕੇ ਜਾਂ ਕਦੀ ਵੀ ਆਰਟਿਸਟ ਬਣ ਕੇ ਲੋਕਾਂ ਦੇ ਘਰੇ ਜਾਣਾ ਚਾਹਵਾਂ, ਲੋਕਾਂ ਦੇ ਯੂਨੋ ਇਨੋਗਰੇਸ਼ਨ ਵਗੈਰਾ ਜਾਵਾਂਗੇ, ਤੁਸੀਂ ਭਾਵੇਂ ਬੇਸ਼ੱਕ ਭਾਈ ਬੰਧੂ ਤੌਰ 'ਤੇ ਆਏ ਹੋ, ਬਟ ਫਿਰ ਵੀ ਬੀਇੰਗ ਅ ਆਰਟਿਸਟ ਇਹ ਚੀਜ਼ਾਂ ਲੋਕ ਆਪਣੀ ਚੀਜ਼ 'ਚ ਯੂਨੋ ਇੱਕ ਡ੍ਰੀਮ ਲੈਂਦੇ ਹੁੰਦੇ ਸੀਗੇ। ਤੁਹਾਡੀ ਜਰਨੀ ਵੀ ਤੁਸੀਂ ਉਹਨਾਂ ਮੈਨੂੰ ਲਾਸਟ ਟਾਈਮ ਬਿਲ ਡਿਸਕ੍ਰਾਈਬ ਕੀਤੀ ਸੀਗੀ ਕਿ ਕਿੰਨੀ ਟਫ ਅਤੇ ਕਿੰਨੀ ਹਰਡਲਸ ਦੇ ਨਾਲ ਨਿਕਲੀ ਸੀਗੀ ਲਾਈਫ ਤੁਹਾਡੀ ਵੀ, ਅਤੇ ਇਹ ਜਿਹੜਾ ਮੂਵਮੈਂਟ ਜਦੋਂ ਵੀ ਤੁਹਾਡੇ ਹਿੱਸੇ ਆਉਂਦੀ ਹੈ, ਕਿੰਨੀ ਕੁ ਅੰਦਰੋਂ ਖੁਸ਼ੀ ਹੁੰਦੀ ਹੈ? ਆਮ ਵੈਰੀ ਹੈਪੀ ਯਾਰ। ਮੈਂ ਨਾ ਮੇਰੀ ਨਾ ਪਲੈਨਿੰਗਸ, ਮੈਂ ਸਾਰਿਆਂ ਨੂੰ ਕਹਿੰਦਾ ਹੁੰਦਾ ਮੇਰੀ ਪਲੈਨਿੰਗ ਉਹ ਨਹੀਂ ਹੈ ਸਾਲ ਦੋ ਸਾਲ ਤਿੰਨ ਸਾਲ, ਮੇਰੀ ਪਲੈਨਿੰਗ ਰੋਜ਼ ਸ਼ੁਰੂ ਹੁੰਦੀ ਹੈ, ਰੋਜ਼ ਰਾਤੀ ਸੌਣ ਤੋਂ ਪਹਿਲਾਂ ਫਿਨਿਸ਼ ਹੁੰਦੀ ਹੈ ਮੇਰੀ ਲਾਈਫ ਦੀ ਪਲੈਨਿੰਗਸ ਹੈ ਜੋ ਮੈਂ ਕਰਨਾ ਹੁੰਦਾ। ਔਰ ਮੈਂ ਆਪਣੀ ਰੋਜ਼ ਦੀ ਰੂਟੀਨ ਦੇ ਅੰਦਰ ਜੋ ਕਰਦਾ ਨਾ, ਆਈ ਇੰਜੋਏ ਐਵਰੀ ਪਾਰਟ। ਮੈਨੂੰ ਸਟੂਡੀਓ ਦੇ ਅੰਦਰ ਵੀ ਉਨਾ ਮਜ਼ਾ ਆਉਂਦਾ, ਮੈਨੂੰ ਸ਼ੋਅ ਕਰਕੇ ਵੀ ਉਨਾ ਮਜ਼ਾ ਆਉਂਦਾ, ਮੈਨੂੰ ਗੱਡੀ ਚਲਾਉਂਦੇ ਹੋਏ ਵੀ ਉਨਾ ਮਜ਼ਾ ਆਉਂਦਾ, ਮੈਨੂੰ ਰੋਟੀ ਖਾਂਦੇ ਹੋਏ ਵੀ ਆਨੰਦ ਲੈਂਦਾ ਮੈਂ ਉਹਦਾ। ਮੈਂ ਅੱਜ ਇੱਥੇ ਆਇਆ, ਆਮ ਹੈਪੀ ਅਬਾਊਟ ਇਟ ਕਿ ਮੈਂ ਅੱਜ ਇੱਥੇ ਹਾਂ। ਅਤੇ ਮੈਂ ਸੱਚੀ ਦੱਸਾਂ, ਮਤਲਬ ਮੈਂ ਬਹੁਤ ਸੋਚਣ ਵਾਲਾ ਬੰਦਾ ਹੈ ਹੀ ਨਹੀਂ, ਕਿਉਂਕਿ ਰੱਬ ਨੇ ਜਿੰਨੀ ਵੀ ਜ਼ਿੰਦਗੀ ਦਿੱਤੀ ਹੈ ਨਾ ਤੁਹਾਨੂੰ, ਤੁਸੀਂ ਉਹਨੂੰ ਕੈਲਕੂਲੇਟਿਵ ਹੋ ਕੇ ਨਾ ਜਿਓ। ਜੇ ਤੁਸੀਂ